ਜਲੰਧਰ ਸ਼ਹਿਰ ਦੇ ਵਿੱਚ ਚੋਰੀ ਅਤੇ ਲੁੱਟਖੋ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਇਹੀ ਕਾਰਨ ਹੈ ਕਿ ਲੋਕਾਂ ਨੇ ਹੁਣ ਆਪਣੀ ਸੁਰੱਖਿਆ ਕਰਨੀ ਖੁਦ ਹੀ ਸ਼ੁਰੂ ਕਰ ਦਿੱਤੀ ਹੈ, ਖੁਦ ਹੀ ਆਪਣੀ ਰੱਖਿਆ ਕਰ ਰਹੇ ਨੇ। ਹੁਣ ਖਬਰ ਕੋਟ ਕਿਸ਼ਨ ਚੰਦ ਤੋਂ ਸਾਹਮਣੇ ਆਈ ਹੈ, ਜਿੱਥੋਂ ਦੇ ਕਿ ਵਰਿੰਦਾ ਦੇਵੀ ਮੰਦਿਰ ਦੇ ਨੇੜਿਓਂ ਇੱਕ ਸ਼ਖਸ ਦੇ ਵੱਲੋਂ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੌਰਾਨ ਉਸ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਸ ਦੀ ਜੰਮ ਕੇ ਮਾਰਕੁੱਟ ਕੀਤੀ। ਇਸ ਮੌਕੇ ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਚੋਰੀ ਦੀਆਂ ਘਟਨਾਵਾਂ ਤੋਂ ਕਾਫੀ ਪਰੇਸ਼ਾਨ ਹੋ ਚੁੱਕੇ ਨੇ। ਦੱਸਿਆ ਜਾ ਰਿਹਾ ਕਿ ਇਸ ਘਟਨਾ ਦੇ ਵਿੱਚ ਇੱਕ ਸ਼ਖਸ ਵੀ ਜ਼ਖਮੀ ਹੋਇਆ ਹੈ। ਫਿਲਹਾਲ ਇਸ ਦੀ ਜਾਣਕਾਰੀ ਜੋ ਹੈ ਪੁਲਿਸ ਨੂੰ ਦੇ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਸ਼ਹਿਰ ਦੇ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਕਾਫੀ ਪਰੇਸ਼ਾਨ ਨੇ। ਸਰਕਾਰ ਨੂੰ ਚਾਹੀਦਾ ਹੈ, ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਦੇ ਵੱਲ ਧਿਆਨ ਦੇਣ ਤਾਂ ਜੋ ਅਜਿਹੀਆਂ ਘਟਨਾਵਾਂ ਜੋ ਨੇ ਉਹ ਰੋਕੀਆਂ ਜਾ ਸਕਣ। ਦੂਸਰੇ ਪਾਸੇ ਜਿਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ, ਉਸਦਾ ਕਹਿਣਾ ਸੀ ਕਿ ਉਹ ਮਜਬੂਰੀ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਜੋ ਨੇ ਉਹਨਾਂ ਨੂੰ ਅੰਜਾਮ ਦਿੰਦਾ ਹੈ। ਜਿੱਥੇ ਤੱਕ ਨਜ਼ਰ ਹੋ ਗਿਆ ਨਸ਼ਾ ਕਰਦੇ ਚਾਰ ਸਾਲਾਂ ਦੇ ਵਿੱਚ ਇਹ ਨਸ਼ਾ ਲੈ ਕੇ ਕਿੱਥੋਂ ਆਵੇ? ਜਿੱਥੇ ਪੁਲਿਸ ਕਹਿ ਰਹੀ ਹੈ ਕਿ ਅਸੀਂ ਇੰਨੇ ਨਸ਼ਾ ਤੋਂ ਫੜਦੇ, ਤੁਸੀਂ ਇੰਨੀ ਅਸਾਨੀ ਨਾਲ ਨਸ਼ਾ ਕਿਦੋਂ ਲੈ ਲੈਂਦੇ? ਕਿੰਨੇ ਨੂੰ ਮਿਲਦਾ? ਕਿਹੜਾ ਮੁੰਡਾ ਫੜਾ ਕੇ ਜਾਂਦਾ? ਅੱਛਾ, ਸਿਲੰਡਰ ਗਾਂ ਕਿੰਨੇ ਦਾ ਵੇਚਣਾ ਹੈ? ਕਿੰਨੀਆਂ ਵਾਰ ਦਿੱਤਾ ਪੋਨਾ ਰੋਜ਼? ਪਹਿਲੇ ਤੁਸੀਂ ਕਹਿੰਦੇ ਸੀ ਮੈਂ ਨਸ਼ੇ ਵਾਸਤੇ ਕਰਦਾ, ਜਿਸ ਤਰ੍ਹਾਂ ਹੀ ਬਾਹਰ ਨਿਕਲਣ ਲੱਗੇ, ਕਿਉਂਕਿ ਮੇਰਾ ਘਰ ਵੀ ਵਿੱਚ ਹੀ ਹੈ, ਜਿਸ ਤਰ੍ਹਾਂ ਹੀ ਉਹ ਬਾਹਰ ਨਿਕਲਣ ਲੱਗੇ ਤੇ ਇਹ ਲੜਕਾ ਆਇਆ ਬਾਈਕ ਤੇ ਬਹੁਤ ਸਪੀਡ ਦੇ ਨਾਲ, ਚਾਰ ਪੰਜ ਗੇੜੇ ਸਵੇਰ ਦੇ ਇਹਨੇ ਇੱਥੋਂ ਮਾਰ ਦਿੱਤੇ ਸੀਗੇ। ਜਿੱਦਾਂ ਹੀ ਉਹ ਇੱਧਰੋਂ ਦੀ ਨੰਗਲ ਲੱਗਾ, ਇਹਨੇ ਬਾਈਕ ਤੇ ਬੈਠੇ ਬੈਠੇ ਹੀ ਚੱਕ ਲਿਆ, ਸਿਲੰਡਰ ਚੱਕਿਆ। ਇਹਨਾਂ ਨੇ ਇੱਦਾਂ ਹੀ ਗਰਦਨ ਘੁਮਾ ਕੇ ਜਦੋਂ ਦੇਖਿਆ, ਕਹਿੰਦੇ ਇਹਦੇ ਹੱਥ 'ਚ ਸਿਲੰਡਰ ਆਇਆ, ਫਟਾਫਟ ਦੌੜ ਕੇ ਇਹਨਾਂ ਨੇ ਜਿੱਦਾਂ ਹੀ ਸਿਲੰਡਰ ਖਿੱਚਿਆ, ਇਹ ਬਾਈਕ ਤੋਂ ਨੀਚੇ ਗਿਰ ਗਿਆ। ਇਹਦੇ ਨਾਲ ਇੱਕ ਹੋਰ ਐਕਟਿਵਾ 'ਤੇ ਅੰਕਲ ਜਾ ਰਹੇ ਸੀਗੇ, ਉਹ ਅੰਕਲ ਜੀ ਬਜ਼ੁਰਗ ਅੰਕਲ ਸੀਗੇ, ਉਹਨਾਂ ਦੇ ਵੀ ਸੱਟਾਂ ਬੋਲ ਲੱਗੀਆਂ, ਬਟ ਉਹ ਹੁਣ ਚਲੇ ਗਏ, ਉਹਨਾਂ ਨੂੰ ਅਸੀਂ ਪਾਣੀ ਪੂਣੀ ਪਿਲਾ ਕੇ ਉਹ ਚਲੇ ਗਏ ਹੈ, ਅਤੇ ਬਸ ਮੇਰੇ ਹਸਬੈਂਡ ਵੀ ਹੁਣ ਡਿਊਟੀ 'ਤੇ ਚਲੇ ਗਏ ਆ। ਉਹ ਤਾਂ ਇਹ ਕਿੰਨੇ ਵਜੇ ਦੀ ਗੱਲ ਹੈ ਸਵੇਰੇ? ਇਹ 11:30 ਵਜੇ। ਤੇ ਮੋਟਰਸਾਈਕਲ ਤੇ ਕਿੰਨੇ ਸੀਗੇ ਲੜਕੇ? ਇਕੱਲਾ ਹੀ ਸੀਗਾ ਭਈਆ। ਇਹਦੇ ਰਿਗਾਰਡਿੰਗ ਮੈਨੂੰ ਤੁਸੀਂ ਕੋਈ ਪੁਲਿਸ ਕਹਿ ਦਿੱਤੀ? ਨਹੀਂ, ਅਸੀਂ ਹਜੇ ਤੱਕ ਤਾਂ ਨਹੀਂ ਕੀਤੀ, ਹਜੇ ਨਹੀਂ ਅਸੀਂ ਕੀਤੀ ਹਜੇ ਕੋਈ ਵੀ। ਸਾਰੇ ਕਹਿੰਦੇ ਕਿਉਂਕਿ ਪੁਲਿਸ ਵਾਲਿਆਂ ਨੂੰ ਤੁਹਾਨੂੰ ਪਤਾ, ਅੱਜ ਕੱਲ੍ਹ ਜੇ ਕਹਾਂਗੇ ਵੀ ਉਹਨਾਂ ਨੇ ਇੱਥੋਂ ਪਕੜ ਕੇ ਲੈ ਕੇ ਜਾ ਕੇ ਅੱਗੇ ਛੱਡ ਦੇਣਾ। ਇਸ ਤੋਂ ਪਹਿਲਾਂ ਵੀ ਕਿ ਇਹੋ ਜਿਹੀ ਵਾਰਦਾਤ ਹੋਈ ਹੈ ਕਿ ਫਸਟ ਟਾਈਮ ਤੁਹਾਡੇ ਦੁਕਾਨ ਤੇ? ਨਾ, ਲਲਿਆਂ ਦੇ ਥੋੜੇ ਦਿਨ ਪਹਿਲਾਂ ਇਹਨਾਂ ਦੀ ਟੈਚੀ ਕੋਈ ਚੱਕ ਕੇ ਲੈ ਗਿਆ, ਉਹਨਾਂ ਦਾ ਸਾਨੂੰ ਨਹੀਂ ਪਤਾ ਲੱਗਾ, ਫੋਨ ਚੱਕ ਕੇ ਲੈ ਗਿਆ, ਬਾਹਰੋਂ ਟੈਚੀ ਡਬਲ ਟੈਚੀ ਪੈਕਿੰਗ ਸੀਗੀ, ਉਹਨਾਂ ਦੀ ਵੀ ਟੈਚੀ ਚੱਕ ਕੇ ਲੈ ਗਿਆ। ਹੁਣ ਕਾਫੀ ਟਾਈਮ ਤੋਂ ਇੱਧਰ ਇਹੀ ਹੋ ਰਿਹਾ ਵਾ, ਕਦੀ ਕਿਤੇ ਚੋਰੀ ਕਦੀ ਕਿਤੇ ਚੋਰੀ।